जी आर लाइव फाजिलका में आप सभी का स्वागत है। जी आर लाइव फाजिलका लेकर आया आपके लिए फाजिलका संत बाबा हरनाम सिंह जी की स्मृति में 40वां वार्षिक मेले का आयोजन आनंदपुर मोहल्ला फाजिलका में किया गया। आनंदपुर मोहल्ला की संगत द्वारा बड़े ही श्रद्धा भाव से किया गया मेले का आयोजन। मेले में रागी जत्थे के द्वारा भजन संकीर्तन किया गया है। बड़े ही हर्षोल्लास के साथ मेले में संतों ने दर्शन किए बाबा जी के और अटूट लंगर वर्ता। मेले में खास सजावट की गई और दुकानें लगी हुई थी सामान खरीदारी के लिए और लंगर अटूट वर्ता ठंडे मीठे जल की छबील लगाई गई गुरुद्वारा साहब की तरफ से। आनंदपुर मोहल्ले के अंदर बच्चों के लिए झूलों का खास प्रबंध किया गया था। शाम को कबड्डी टूर्नामेंट का आयोजन किया गया और बढ़ चढ़कर नजदीकी गांवों के खिलाड़ियों ने इसमें भाग लिया और उच्च स्तरीय कबड्डी का आयोजन किया गया आनंदपुर मोहल्ला फाजिलका में। फाजिलका से मनोज मेहरा, बने रहे हमारे साथ, देखते रहे हमारा चैनल जी आर लाइव फाजिलका। ਸਾਹਮਣੇ
ਵੱਡਾ ਖੋਖਰ ਦੀ ਧਰਤੀ ਦਾ ਮੁੰਡਾ ਕਹਿੰਦੇ ਕਬੱਡੀ ਭਾਰਿਆ ਪਰ ਏਕਮ ਪੁਜਾਰਾ ਟਰਾਈ ਕਰਦਾ ਖੇਡ ਦੇ ਮੈਦਾਨ ਵਿੱਚ ਬਲਵਿੰਦਰ ਸਿੰਘ ਨੇਤਾ ਪ੍ਰਧਾਨ ਸਾਡਾ ਤੇ ਨਾਲ ਬਾਈ ਕਰਨੈਲ ਹੋਣ ਦਾ ਸਾਰੇ ਸਰਕਾਰੀ ਇੰਸਪੈਕਟਰ ਚੇਰਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਦੀ ਬਦੌਲਤ ਤੇ ਦਰਸ਼ਨ ਹੋਏ ਤੁਹਾਡੇ ਇਲਾਕੇ ਦੇ। ਆ ਕਹਿੰਦੇ ਫਿੱਦੂ ਆ ਗਿਆ ਮੇਰੇ ਵੀਰੋ, ਫਿੱਦੂ ਦੀ ਰੇਡ ਪੈ ਰਹੀ ਹੈ ਖੇਡ ਦੇ ਮੈਦਾਨ ਵਿੱਚ ਪਰ ਧੱਕੇ ਲੱਗ ਗਏ ਮੇਰੇ ਮਿੱਤਰ ਜੱਗੇ ਦੀ ਖੇਡ ਵਧੀਆ ਲੱਗਦੀ ਮਾਰੋ ਖਾਡਾਰੀ ਆ ਯਾਰ ਰੇੜ ਪੈ ਰਹੀ ਹੈ ਕੀ ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ ਸੀਟ ਉੱਤੇ ਬਹਿ ਗਿਆ ਬੱਲੀਏ ਨਵਾਂ ਲੈ ਲਿਆ ਟਰੱਕ ਜੱਗੇ ਯਾਰ ਨੇ ਤੇ ਬਾਬਿਆਂ ਦੇ ਚੱਲ ਚੱਲੀਏ ਤੇ ਬਾਈ ਬਣ ਕੇ ਜੱਗੇ ਦੀ ਰੇੜ ਕਿਵੇਂ ਲੱਗਦੀ ਆਪਣੀ ਟੀਮ ਦੀ ਜੋੜਨ ਵਿੱਚ ਕਾਮਯਾਬ ਹੋਇਆ। ਆਓ ਦੇਖਣਾ ਵੀ ਕੁੰਡਲਾ ਵਾਲਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ। ਆਓ ਦੇਖਾਂਗੇ ਸਾਹਮਣੇ ਕਿਹੜੇ ਪਾਸੇ ਕਿਹੜੇ ਮੁੰਡੇ ਖੇਡਦੇ ਆ, ਕਦੇ ਮਿਸਟੇਕ ਨਾ ਕਰ ਬੈਠੇ ਤੇ ਧਿਆਨ ਦਿਓ ਮੇਰਾ ਭਰਾ ਵੜ ਕੇ, ਕਿਉਂਕਿ ਜਦੋਂ ਰੌਲਾ ਰੱਪਾ ਪੈ ਜਾਂਦਾ ਫਿਰ ਔਖਾ ਹੋ ਜਾਂਦਾ ਹੈ। ਤੇਰੀ ਸਾਵਣ ਸਿਆ ਤੇਰੇ ਘਰ ਦਾ ਮੇਲਾ ਡਾਸੀ ਬਣ ਗਿਆ, ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਨੇ। ਪਰ ਇਹਦੇ ਪਾਸੇ ਪੈਂਦੀ ਰੇ ਭੱਲੇ 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 ਮੁੰਡੇ ਸਿਆਣੇ ਆ ਘਰੇ ਛੱਡ ਕੇ ਆਉਂਦੇ ਆ। ਆਹ ਨੰਬਰ ਇਸ ਲਈ ਕਹਿੰਦੇ ਰੇਂਦਰ ਦਾ, ਆਹ ਤੇਰਾ ਧਾਵੀ ਦਾ। ਇੱਕ ਦਰਸ਼ਕ ਵੀਰਾਂ ਨੂੰ ਮੇਰੀ ਹੱਥ ਬੰਨ ਕੇ ਬੇਨਤ ਕਰਿਓ, ਮੇਰੀ ਭੈਣੇ ਚੱਕਰ ਲਾ ਲੈ ਸੰਗਤ ਤੇਰੇ ਨਾਲ ਆ, ਘਬਰਾਉਣਾ ਨਹੀਂ ਕਿਉਂਕਿ ਵਿਕਟ ਆ ਜਾਂਦੀ ਹੈ ਪਰ ਕੱਟਦਾ ਵੀ ਉਹ ਬੰਦਾ ਹੀ ਹੈ, ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਕੱਟੀ ਜਾਂਦੀ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਸੰਗਤ ਨੂੰ ਬੇਨਤੀ ਹੈ, ਸਾਡੀ ਜਿਹੜੀ ਮੁਕਤਸਰ ਦੀ ਟੀਮ ਹੈ ਉਹਦੇ ਨੰਬਰ ਰੇੜੇ ਪੈ ਰਹੇ ਆ ਪਰ ਬੱਬੂ ਇਸ ਲਈ ਕਬੱਡੀ ਭਾ ਰਿਹਾ ਕਹਿੰਦੀ ਰੋਡ, ਪਰ ਮੁੰਡਾ ਇਸ ਲਈ ਕਹਿੰਦੇ ਮੁਕਤਸਰ ਵਾਲਾ ਐਨ ਕਹਿੰਦੇ ਕਲੈਰੀ ਮੋਰ ਬਣਾਉਂਦਾ।